ਬੀਤੀ 18 ਅਗਸਤ ਨੂੰ ਬੁਦਕੀ ਨਦੀ ਦਾ ਬੰਨ ਟੁੱਟਣ ਕਾਰਨ ਰੂਪਨਗਰ ਦੇ ਅਨੇਕਾਂ ਪਿੰਡ ਜਿਨ੍ਹਾਂ 'ਚ ਖੈਰਾਬਾਦ, ਫੂਲ ਖੁਰਦ, ਫੂਲ ਕਲਾਂ ਅਤੇ ਗੁਰਦਾਸਪੁਰ ਆਦਿ ਵਿੱਚ ਪਾਣੀ ਨੇ ਭਾਰੀ ਤਬਾਹੀ ਮਚਾਈ ਸੀ। ਪਿੰਡ ਵਾਸੀ ਹਾਲੇ ਤੀਕਰ ਉਸ ਭਿਆਨਕ ਮੰਜ਼ਰ ਤੋਂ ਉਭਰੇ ਵੀ ਨਹੀਂ ਕਿ ਬੀਤੀ ਰਾਤ ਪਈ ਤੇਜ਼ ਬਾਰਿਸ਼ ਕਾਰਨ ਇੱਕ ਵਾਰ ਫਿਰ ਤੋਂ ਸਥਾਨਕ ਬੁਦਕੀ ਨਦੀ ਦੇ ਬੰਨ 'ਚ ਪਾੜ ਪੈਣ ਦੀ ਖ਼ਬਰ ਨੇ ਲੋਕਾਂ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ। ਪਿੰਡ ਵਾਸੀਆਂ ਮੁਤਾਬਕ ਉਹਨਾਂ ਨੂੰ ਨਦੀ 'ਚ ਪੈ ਪਾੜ ਦਾ ਸਵੇਰੇ ਪਤਾ ਲੱਗਿਆ, ਜਿਸ ਤੋਂ ਬਾਅਦ ਉਹਨਾਂ ਪਿੰਡ ਦੇ ਗੁਰਦੁਆਰੇ ਤੋਂ ਅਨਾਊਂਸਮੈਂਟ ਕਰਵਾ ਕੇ ਨੌਜਵਾਨਾਂ ਨੂੰ ਕਹੀਆਂ ਅਤੇ ਬੋਰੀਆਂ ਲੈ ਕੇ ਤੁਰੰਤ ਬੰਨ ਤੇ ਪਹੁੰਚਣ ਦੀ ਅਪੀਲ ਕੀਤੀ। ਪਿੰਡ ਵਾਸੀਆਂ ਵਿੱਚ ਫਿਰ ਤੋਂ ਬੰਨ ਟੁੱਟਣ ਦਾ ਡਰ ਫੈਲ ਗਿਆ। ਹਾਂਜੀ, ਤੇ ਕੀ ਹੋਇਆ ਜੀ? ਅੱਜ ਲੱਗ 7:30 ਵਜੇ ਆਇਆ ਜੀ ਮੋਰੇ ਬੰਨ ਪਰ, ਆ ਕੇ ਮੈਂ ਦੇਖਿਆ ਉਹਦੇ ਪਾੜ ਪਿਆ ਵਾ, ਤਾਂ ਫਿਰ ਮੈਂ ਜਾ ਕੇ ਆਪਣਾ ਦੂਏ ਪਿੰਡਾਂ ਦੇ ਸਰਪੰਚਾਂ ਨੂੰ ਕਨੈਕਟ ਕਰਿਆ, ਪਿੰਡ ਅਨਾਊਂਸਮੈਂਟ ਕਰਾਈ, ਡਰੇਨ ਵਾਲਿਆਂ ਨੂੰ ਫੋਨ ਕਰਿਆ ਵੀ ਇਹ ਪਾੜ ਪੈ ਗਿਆ, ਜੇ ਨਦੀ ਚੱਲ ਪਈ ਵੀ ਇਹ ਦੁਬਾਰਾ ਫਿਰ ਉਸੇ ਤਰ੍ਹਾਂ ਟੁੱਟ ਸਕਦੀ ਹੈ। ਠੀਕ ਹੈ, ਅਤੇ ਉਸ ਤੋਂ ਬਾਅਦ ਫਿਰ ਕੋਈ ਭਾਗੀਆ ਦੇ ਕੌਣ ਆਇਆ? ਉਸ ਤੋਂ ਬਾਅਦ ਡਰੇਨ ਵਾਲੇ ਆ ਗਏ ਜੀ, ਅੱਛਾ ਜੀ, ਲਿਆ ਏ, ਕੰਮ ਕਰ ਰਹੇ ਆਪਣਾ। ਹੁਣ ਦੇਖੋ ਕੀ ਮੰਗ ਕਰਦੇ ਹੋ? ਮੰਗ ਤਾਂ ਸੀ ਵੀ ਇਹਨੂੰ ਪੱਕਾ ਕਰਿਆ ਜਾਵੇ ਜੀ, ਠੋਕਰ ਲਾਈ ਜਾਵੇ, ਪੱਥਰਾਂ ਦੀ ਟੋਟੇ ਭਰ ਕੇ ਲਾਏ ਜਾਣ, ਇਹਦੇ ਉੱਪਰ 3-4 ਫੁੱਟ ਇਹਨੂੰ ਹੋਰ ਉੱਚਾ ਕਰਿਆ ਜਾਵੇ, ਪਾਣੀ ਦਾ ਲੈਵਲ ਤਾਂ ਇਹਦੇ ਉੱਪਰ 1.5 ਫੁੱਟ ਉੱਪਰ ਚੱਲ ਰਿਹਾ ਜੀ। ਕੀ ਨਾਮ ਆ ਜੀ ਆਪਣਾ, ਕਿਹੜਾ ਪਿੰਡ ਜੀ? ਗੁਰਨਾਮ ਸਿੰਘ ਨਾਮ ਆ ਜੀ, ਖੈਰਾਬਾਦ ਜੀ। ਅੱਛਾ, ਕੀ ਕਾਰਨ ਹੋਇਆ ਤੁਸੀਂ ਇੱਥੇ ਸਵੇਰੇ ਇਕੱਠੇ ਹੋਏ ਸਾਰੇ ਪਿੰਡ ਵਾਸੀ? ਕਾਰਨ ਤਾਂ ਸਰ ਇੱਦਾਂ ਜੀ, ਰਾਤ ਨਾ ਬਾਰਿਸ਼ ਪਈ ਜੀ ਬਹੁਤ ਜ਼ੋਰ ਦੀ। ਠੀਕ ਹੈ, ਅਤੇ ਇਹਨਾਂ ਨਾਲ ਜਿਹੜਾ ਬੰਨ ਲਾਇਆ ਵਾ ਤਾਂ ਉਹ ਕੱਚਾ ਬੰਨ ਆ ਜੀ ਬਿਲਕੁਲ। ਕਿੱਥੇ ਲਾਇਆ ਜੀ ਬੰਨ ਇਹ? ਇਹ ਖੈਰਾਬਾਦ ਜੀ ਜਿਹੜਾ ਪਹਿਲਾਂ ਟੁੱਟਿਆ ਤਾ ਜੀ 15 ਦਿਨ ਪਹਿਲਾਂ। ਬੁਦਕੀ ਨਦੀ ਦੇ? ਹਾਂਜੀ, ਬੁਦਕੀ ਨਦੀ ਦੇ ਜੀ। ਅਤੇ ਉਹਦੇ ਖਾਰ ਪੈਣ ਕਰਕੇ ਨਾ ਇਹ ਜਿੰਨਾ ਇਹਨਾਂ ਨਾਲ ਆਪਣਾ ਬੰਨ ਲਾਇਆ ਤਾ ਬਿਲਕੁਲ ਕੱਚਾ ਤਾ ਜੀ, ਉਹ ਸਾਰਾ ਬੈਠਣ ਲੱਗ ਗਿਆ ਜੀ ਆਪਣੇ ਆਪ ਹੀ ਆਪਣਾ ਬਾਰਿਸ਼ ਦੇ ਉਹਦੇ ਗਲੇ, ਬਾਰਿਸ਼ ਗਲੇ ਜੀ। ਠੀਕ ਹੈ, ਲੇਕਿਨ ਜਦ ਵੀ ਕਿਤੇ ਪਿੱਛੋਂ ਪਾਣੀ ਆ ਗਿਆ ਨਦੀ ਆਉਣ ਦੀ ਤਾਂ ਪੂਰੀ ਚਾਂਸ ਹੈਗਾ ਹੀ ਹੈਗਾ ਜੀ, ਅਤੇ ਉਹ ਜਾਣੀ ਟੁੱਟਣ ਦਾ ਪੂਰਾ ਖਤਰਾ ਜੀ ਦਾ। ਕੀ ਮੰਗ ਕਰਦੇ ਹੋ ਜੀ? ਮੰਗ ਤਾਂ ਜੀ ਆਏ ਵੀ ਸਿਰੇ ਤੱਕ ਜਦ ਤੱਕ ਸਾਰਾ ਬੁੱਢੇ ਭੋਰੇ ਤੇ ਲੇਗਾ ਸਮਝੋ ਦਰਿਆ ਤੱਕ ਸਫਾਈ ਨਹੀਂ ਹੁੰਦੀ ਜੀ, ਜਦ ਤੱਕ ਤਾਂ ਇਹ ਦੁਆਰਾ ਟੁੱਟਣਾ ਹੀ ਟੁੱਟਣਾ ਜੀ, ਚਾਹੇ ਜਿੰਨਾ ਮਰਜ਼ੀ ਜ਼ੋਰ ਲਾ ਲਵਾ ਜੀ। ਬੰਨ ਵਾਸਤੇ ਕੀ ਮੰਗ ਕਰ ਲੈਣੀ? ਬੰਨ ਤਾਂ ਬੰਨ ਦੀ ਚੜਾਈ ਘੱਟੋ ਘੱਟ ਇਹਨਾਂ ਨਾਲ 15 ਕੁ ਫੁੱਟ ਕਰੀ ਹੈ ਜੀ, ਘੱਟੋ ਘੱਟ ਚੜਾਈ ਜਾਣੀ 50-60 ਫੁੱਟ ਜਿੱਦਾਂ ਪਿੱਛਾ ਚੜਾਈ ਆ ਰਹੀ ਹੈ ਡੋਲੇ ਦੀ 19 ਹੋਣੀ ਚਾਹੀਦੀ ਹੈ, ਤਾਂ ਮਾੜਾ ਮੋਟਾ ਬਚਾਅ ਹੋ ਸਕਦਾ, ਕਿਉਂਕਿ 15 ਫੁੱਟ ਤਾਂ ਇੱਕ ਵਾਰੀ ਬਾਰਿਸ਼ ਆ ਗਈ ਜਦ ਨਦੀ ਆ ਗਈ ਜਦ ਟੁੱਟ ਜਾਣਾ ਜੀ। ਪੱਕਾ ਵੀ ਹੋਣਾ ਚਾਹੀਦਾ ਜੀ? ਹਾਂ ਬਿਲਕੁਲ ਬਿਲਕੁਲ ਜੀ, ਉਹ ਪੱਥਰ ਲੱਗਣਾ ਚਾਹੀਦਾ ਜੀ ਨਾਲ। ਪਿੰਡ ਵਾਸੀਆਂ ਨੇ ਇਸਦੀ ਸੂਚਨਾ ਡਰੇਨ ਵਿਭਾਗ ਨੂੰ ਦਿੱਤੀ ਅਤੇ ਵਿਭਾਗ ਵੱਲੋਂ ਮੌਕੇ ਤੇ JCB ਮਸ਼ੀਨਾਂ ਭੇਜੀਆਂ ਗਈਆਂ। ਹਾਲਾਂਕਿ ਪਿੰਡ ਵਾਸੀ ਨਦੀ 'ਚ ਪਾੜ ਪੈਣ ਦੀ ਗੱਲ ਆਖ ਰਹੇ ਨੇ, ਪਰ ਡਰੇਨ ਵਿਭਾਗ ਦੇ ਅਧਿਕਾਰੀ ਅਜਿਹੀ ਕਿਸੇ ਵੀ ਘਟਨਾ ਤੋਂ ਇਨਕਾਰ ਕਰ ਰਹੇ ਨੇ। ਬ੍ਰੀਚ ਹੋਣ ਦਾ ਉੱਥੇ ਰੌਲਾ ਪਿਆ ਪਿੰਡਾਂ 'ਚ ਕਿ ਪਾਣੀ ਫੇਰ ਆ ਜਾਏਗਾ, ਰਾਤ ਬਾਰਿਸ਼ ਹੋਈ ਹੈ, ਕੀ ਕਹਿਣਾ ਸਰ? ਇੱਥੇ ਕੋਈ ਬ੍ਰੀਚ ਨਹੀਂ ਜੀ ਹੋਈ, ਸਾਡਾ ਉੱਥੇ ਕੰਮ ਚੱਲ ਰਿਹਾ ਅਤੇ ਪ੍ਰੋਪਰ ਉੱਥੇ ਬੰਨ ਪਹਿਲਾਂ ਬ੍ਰੀਚ ਹੋਈ ਸੀ, 180 ਫੁੱਟ ਵਾਈਡ ਬ੍ਰੀਚ ਹੋਈ ਸੀ, ਉਹ ਅਸੀਂ ਪਲੱਗ ਕਰਤੀ ਸੀਗੀ, ਉਹਦਾ ਕੰਮ ਸਾਡਾ ਉੱਥੇ ਮੌਕੇ 'ਤੇ ਚੱਲ ਵੀ ਰਿਹਾ ਔਰ ਕੋਈ ਪੈਨਿਕ ਕਰਨ ਵਾਲੀ ਗੱਲ ਨਹੀਂ, ਇੱਥੇ ਜਸਟ ਰੂਮਰ ਮੋਂਗਰਿੰਗ ਹੋਈ ਹੈ, ਕੋਈ ਬਿਨਾਂ ਮਤਲਬ ਤੋਂ ਕੋਈ ਉੱਥੇ ਕੋਈ ਸਾਡੀ ਉੱਥੇ JEE SDO ਪੂਰੀ ਟੀਮ ਹੈ ਉੱਥੇ, ਸਾਰਾ ਕੁਛ ਹੈ, ਸਾਰੇ ਕੰਮ ਕਰ ਰਹੇ ਹੈ, ਕੋਈ ਪੈਨਿਕ ਕਰਨ ਵਾਲੀ ਗੱਲ ਨਹੀਂ। ਤਾਂ ਜਿਸ ਤਰ੍ਹਾਂ ਉਹ ਕਹਿ ਰਹੇ ਹੈ ਕਿ ਇਹ ਰੇਤੇ ਦਾ ਬਣਿਆ ਹੈਗਾ, ਫਿਰ ਕਿਤੇ ਬਾਰਿਸ਼ ਆਵੇ ਫਿਰ ਕਿਤੇ ਖਰਾਬ ਹੋ ਜਾਵੇ? ਨਹੀਂ ਨਹੀਂ, ਐਸਾ ਸੱਚ ਕੁਛ ਨਹੀਂ ਜੀ, ਉਹ ਪੂਰਾ ਉੱਥੇ ਪਡਲਿੰਗ ਕਰਕੇ ਪ੍ਰੋਪਰ ਤਰੀਕੇ ਨਾਲ ਮਿੱਟੀ ਪਾ ਕੇ ਤਿਆਰ ਕੀਤਾ, ਪਲੱਸ ਉਹਦੇ ਨਾਲ ਹੁਣ ਅਸੀਂ ਪ੍ਰੋਟੈਕਸ਼ਨ ਦੇਣੀ ਆ, ਜਿਹੜਾ ਨਦੀ ਵਾਲਾ ਪਾਸਾ ਉੱਥੇ ਅਸੀਂ 1-3 ਦੀਆਂ ਬੋਰੀਆਂ ਲਾ ਕੇ ਉਹਨੂੰ ਸੀਮੈਂਟ ਕੰਕਰੀਟ ਦੀਆਂ ਉਹਨੂੰ ਪ੍ਰੋਪਰ ਉਹਨੂੰ ਪ੍ਰੋਟੈਕਸ਼ਨ ਦੇਣੀ ਹੈ ਨਦੀ ਵਾਲੇ ਪਾਸੇ। ਸਰ ਜਿਹੜੀਆਂ ਉੱਥੇ ਦਰਾਰਾਂ ਪੈ ਰਹੀਆਂ ਬੰਨ ਦੇ ਵਿੱਚ? ਨਹੀਂ ਕੋਈ, ਜਦੋਂ ਕੰਮ ਚੱਲ ਰਿਹਾ ਕੋਈ ਮੇਜਰ ਕੋਈ ਦਰਾਰ ਨਹੀਂ, ਕੁਛ ਨਹੀਂ ਆ ਉੱਥੇ, ਹੁਣ ਬਾਰਿਸ਼ ਪਈ ਹੈ, ਉਹ ਪਿੰਡ ਵਾਲਿਆਂ ਦਾ ਕੁਛ ਪਹਿਲਾਂ ਅਸੀਂ ਬੁਲਾਇਆ ਸੀ, ਉਹ ਕਹਿੰਦੇ ਸੀ ਵੀ ਇਹਨੂੰ ਥੋੜ੍ਹਾ ਹੋਰ ਵਾਈਡ ਕਰ ਦਿਓ, ਲੋਕ ਕਹਿੰਦੇ ਹੁੰਦੇ ਨੇਟਿਵ,
ਤਾਂ ਉਹ ਥੋੜ੍ਹਾ ਲੂਜ਼ ਮਿੱਟੀ ਸੀਗੀ, ਉਹ 'ਚ ਕੋਈ ਤੁਸੀਂ ਆਪ ਵੀ ਦੇਖਿਆ ਹੋਊਗਾ ਕੋਈ ਐਸੀ ਪੈਨਿਕ ਕਰਨ ਵਾਲੀ ਗੱਲ ਨਹੀਂ ਹੈ। ਮਿੱਟੀ ਦਾ ਕੰਮ ਹੈ ਮੈਡਮ, ਬਰਫ਼ ਪਈ ਉਹ 'ਚ ਮਾੜੀ ਮੋਟੀ ਉੱਪਰ ਥੋੜ੍ਹੀ ਇੱਧਰ ਰੋੜੀ। ਸਰ ਦੱਸਿਆ ਜਾ ਰਿਹਾ ਪਹਿਲਾਂ ਬੰਨ ਦੀ ਚੜਾਈ ਜਾ ਰਹਾ ਸੀ, ਹੁਣ ਜਿਹੜੀ ਬੰਨ ਦੀ ਚੜਾਈ ਨਹੀਂ, ਉੱਥੇ 180 ਪੂਰੀ ਜਿੰਨਾ ਅਸੀਂ ਪੂਰਾ ਡਿਜ਼ਾਇਨ ਸਾਡੇ ਕੋਲ ਹੈਗਾ ਉਹ ਸੈਕਸ਼ਨ ਦੇ ਹਿਸਾਬ ਨਾਲ ਹੀ ਬਣਾਇਆ, ਐਂ ਨਹੀਂ ਵੀ ਕੋਈ ਆਪਣੀ ਮਰਜ਼ੀ ਨਾਲ ਜੋ ਕੁਛ, ਉਹ ਤਾਂ ਪੂਰਾ ਸੈਕਸ਼ ਡਿਜ਼ਾਇਨ ਦਾ ਡਿਜ਼ਾਇਨ ਦੇ ਹਿਸਾਬ ਨਾਲ ਬਣਾਇਆ। ਹਾਲਾਂਕਿ ਰੂਪਨਗਰ ਇਲਾਕੇ ਵਿੱਚ ਮੀਂਹ ਦਾ ਸਿਲਸਿਲਾ ਸਾਰੀ ਰਾਤ ਚੱਲਦਾ ਰਿਹਾ, ਪਰ ਗਨੀਮਤ ਰਹੀ ਕਿ ਬੁਦਕੀ ਨਦੀ 'ਚ ਪਿੱਛੋਂ ਆਉਣ ਵਾਲੇ ਪਾਣੀ ਦੀ ਮਾਤਰਾ ਜ਼ਿਆਦਾ ਨਹੀਂ ਸੀ, ਜਿਸ ਕਾਰਨ ਬੰਨ ਅਤੇ ਲੋਕਾਂ ਦਾ ਕੋਈ ਖਾਸ ਨੁਕਸਾਨ ਨਹੀਂ ਹੋਇਆ। ਇਹ ਵੀ ਜ਼ਿਕਰਯੋਗ ਹੈ ਕਿ ਪਿੰਡ ਵਾਸੀ ਡਰੇਨ ਵਿਭਾਗ ਵੱਲੋਂ ਲਾਏ ਜਾ ਰਹੇ ਬੰਨ ਨੂੰ ਰੇਤੇ ਦਾ ਬਣਿਆ ਦੱਸ ਰਹੇ ਨੇ, ਜਿਹੜਾ ਕਿਸੇ ਵੀ ਮੀਂਹ ਵਿੱਚ ਖੁਰ ਸਕਦਾ ਹੈ। ਅਜਿਹੇ 'ਚ ਪਿੰਡ ਵਾਸੀਆਂ ਦਾ ਡਰ ਸੁਭਾਵਿਕ ਹੈ, ਲੋੜ ਹੈ ਨਦੀ ਨਾਲ ਲੱਗਦੇ ਬੰਨਾਂ ਨੂੰ ਪੱਕਾ ਕਰਨ ਦੀ, ਤਾਂ ਕਿ ਲੋਕਾਂ ਦੇ ਮਨਾਂ ਵਿੱਚ ਫਿਰ ਤੋਂ ਤਬਾਹ ਹੋਣ ਦਾ ਡਰ ਨਿਕਲ ਸਕੇ। ਰੂਪਨਗਰ ਤੋਂ ਸੱਜਣ ਸੈਣੀ, ਪੰਜਾਬੀ ਲੋਕ ਚੈਨਲ।